ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਹੁਣੇ, ਇੱਕ ਆਟੋ ਅਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ, ਅਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ, ਉਹਨਾਂ ਨੂੰ ਲਾਈਕ ਛੱਡਣ ਜਾ ਰਹੇ ਹੋਣੇ ਆ ਘਰ, ਅਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਗੱਡੀ ਆਈ ਹੈ ਅਤੇ ਉਹ ਆਪ 'ਚ ਐਕਸੀਡੈਂਟ ਹੋਇਆ, ਅਤੇ ਉਸਨੂੰ ਹੁਣ ਵੈਰੀਫਾਈ ਮੌਕੇ 'ਤੇ ਆਏ ਹਾਂ ਅਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਜਾਵਾਂਗੇ। ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ? ਜੋ ਹੁਣ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ, ਇਹ ਦੱਸ ਰਹੇ ਨੇ ਵੀ ਉਸ ਬੱਚੇ ਤਾਂ ਠੀਕ ਨੇ ਜੀ, 8-10 ਬੱਚੇ ਸੀਗੇ ਆਟੋ ਦੇ ਵਿੱਚ, ਅਤੇ ਬੱਚੇ ਫਿਲਹਾਲ ਤਾਂ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ, ਬਾਕੀ ਅਸੀਂ ਹੋਸਪਿਟਲ ਜਾ ਕੇ ਵੈਰੀਫਾਈ ਕਰਦੇ ਹਾਂ। ਗੱਡੀ ਇੱਥੇ ਉਹ ਮੌਕੇ 'ਤੇ ਛੱਡ ਕੇ ਭੱਜ ਗਏ ਜੀ, ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ, ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ, ਇੱਥੋਂ ਨੰਬਰ ਵਗੈਰਾ ਹੈਗਾ ਗੱਡੀ 'ਤੇ, ਅਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ, ਹੁਣੇ ਇੱਕ ਆਟੋ ਅਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ, ਅਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ, ਉਹਨਾਂ ਨੂੰ ਲਾਈਕ ਛੱਡਣ ਜਾ ਰਹੇ ਹੋਣੇ ਆ ਘਰ, ਅਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਗੱਡੀ ਆਈ ਹੈ ਅਤੇ ਉਹ ਆਪ 'ਚ ਐਕਸੀਡੈਂਟ ਹੋਇਆ, ਅਤੇ ਉਸਨੂੰ ਹੁਣ ਵੈਰੀਫਾਈ ਮੌਕੇ 'ਤੇ ਆਏ ਹਾਂ ਅਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਜਾਵਾਂਗੇ। ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ? ਜੋ ਹੁਣ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ, ਇਹ ਦੱਸ ਰਹੇ ਨੇ ਵੀ ਉਸ ਬੱਚੇ ਤਾਂ ਠੀਕ ਨੇ ਜੀ, 8-10 ਬੱਚੇ ਸੀਗੇ ਆਟੋ ਦੇ ਵਿੱਚ, ਅਤੇ ਬੱਚੇ ਫਿਲਹਾਲ ਤਾਂ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ, ਬਾਕੀ ਅਸੀਂ ਹੋਸਪਿਟਲ ਜਾ ਕੇ ਵੈਰੀਫਾਈ ਕਰਦੇ ਹਾਂ। ਗੱਡੀ ਇੱਥੇ ਉਹ ਮੌਕੇ 'ਤੇ ਛੱਡ ਕੇ ਭੱਜ ਗਏ ਜੀ, ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ, ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ, ਇੱਥੋਂ ਨੰਬਰ ਵਗੈਰਾ ਹੈਗਾ ਗੱਡੀ 'ਤੇ, ਅਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ, ਹੁਣੇ ਇੱਕ ਆਟੋ ਅਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ, ਅਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ, ਉਹਨਾਂ ਨੂੰ ਲਾਈਕ ਛੱਡਣ ਜਾ ਰਹੇ ਹੋਣੇ ਆ ਘਰ, ਅਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਗੱਡੀ ਆਈ ਹੈ ਅਤੇ ਉਹ ਆਪ 'ਚ ਐਕਸੀਡੈਂਟ ਹੋਇਆ, ਅਤੇ ਉਸਨੂੰ ਹੁਣ ਵੈਰੀਫਾਈ ਮੌਕੇ 'ਤੇ ਆਏ ਹਾਂ ਅਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਜਾਵਾਂਗੇ। ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ? ਜੋ ਹੁਣ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ, ਇਹ ਦੱਸ ਰਹੇ ਨੇ ਵੀ ਉਸ ਬੱਚੇ ਤਾਂ ਠੀਕ ਨੇ ਜੀ, 8-10 ਬੱਚੇ ਸੀਗੇ ਆਟੋ ਦੇ ਵਿੱਚ, ਅਤੇ ਬੱਚੇ ਫਿਲਹਾਲ ਤਾਂ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ, ਬਾਕੀ ਅਸੀਂ ਹੋਸਪਿਟਲ ਜਾ ਕੇ ਵੈਰੀਫਾਈ ਕਰਦੇ ਹਾਂ। ਗੱਡੀ ਇੱਥੇ ਉਹ ਮੌਕੇ 'ਤੇ ਛੱਡ ਕੇ ਭੱਜ ਗਏ ਜੀ, ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ, ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ, ਇੱਥੋਂ ਨੰਬਰ ਵਗੈਰਾ ਹੈਗਾ ਗੱਡੀ 'ਤੇ, ਅਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ, ਹੁਣੇ ਇੱਕ ਆਟੋ ਅਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ, ਅਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ, ਉਹਨਾਂ ਨੂੰ ਲਾਈਕ ਛੱਡਣ ਜਾ ਰਹੇ ਹੋਣੇ ਆ ਘਰ, ਅਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਗੱਡੀ ਆਈ ਹੈ ਅਤੇ ਉਹ ਆਪ 'ਚ ਐਕਸੀਡੈਂਟ ਹੋਇਆ, ਅਤੇ ਉਸਨੂੰ ਹੁਣ ਵੈਰੀਫਾਈ ਮੌਕੇ 'ਤੇ ਆਏ ਹਾਂ ਅਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਜਾਵਾਂਗੇ। ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ? ਜੋ ਹੁਣ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ, ਇਹ ਦੱਸ ਰਹੇ ਨੇ ਵੀ ਉਸ ਬੱਚੇ ਤਾਂ ਠੀਕ ਨੇ ਜੀ, 8-10 ਬੱਚੇ ਸੀਗੇ ਆਟੋ ਦੇ ਵਿੱਚ, ਅਤੇ ਬੱਚੇ ਫਿਲਹਾਲ ਤਾਂ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ, ਬਾਕੀ ਅਸੀਂ ਹੋਸਪਿਟਲ ਜਾ ਕੇ ਵੈਰੀਫਾਈ ਕਰਦੇ ਹਾਂ। ਗੱਡੀ ਇੱਥੇ ਉਹ ਮੌਕੇ 'ਤੇ ਛੱਡ ਕੇ ਭੱਜ ਗਏ ਜੀ, ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ, ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ, ਇੱਥੋਂ ਨੰਬਰ ਵਗੈਰਾ ਹੈਗਾ ਗੱਡੀ 'ਤੇ, ਅਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ, ਹੁਣੇ ਇੱਕ ਆਟੋ ਅਤੇ ਇੱਕ ਫੋਰਚੂਨਰ ਗੱਡੀ ਦਾ ਐਕਸੀਡੈਂਟ ਹੋਇਆ ਹੈਗਾ, ਅਤੇ ਆਟੋ ਦੇ ਵਿੱਚ ਕੋਈ ਸਕੂਲ ਵਾਲੇ ਬੱਚੇ ਸੀ, ਉਹਨਾਂ ਨੂੰ ਲਾਈਕ ਛੱਡਣ ਜਾ ਰਹੇ ਹੋਣੇ ਆ ਘਰ, ਅਤੇ ਉਹ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਗੱਡੀ ਆਈ ਹੈ ਅਤੇ ਉਹ ਆਪ 'ਚ ਐਕਸੀਡੈਂਟ ਹੋਇਆ, ਅਤੇ ਉਸਨੂੰ ਹੁਣ ਵੈਰੀਫਾਈ ਮੌਕੇ 'ਤੇ ਆਏ ਹਾਂ ਅਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਅਮਲ 'ਚ ਜਾਵਾਂਗੇ। ਕਿਸ ਤਰ੍ਹਾਂ ਬੱਚਿਆਂ ਦੀ ਕਿਵੇਂ ਹਾਲਤ? ਜੋ ਹੁਣ ਪ੍ਰੀਲਿਮਿਨਰੀ ਇੱਥੋਂ ਪਤਾ ਲੱਗਿਆ ਜੀ, ਇਹ ਦੱਸ ਰਹੇ ਨੇ ਵੀ ਉਸ ਬੱਚੇ ਤਾਂ ਠੀਕ ਨੇ ਜੀ, 8-10 ਬੱਚੇ ਸੀਗੇ ਆਟੋ ਦੇ ਵਿੱਚ, ਅਤੇ ਬੱਚੇ ਫਿਲਹਾਲ ਤਾਂ ਇਹੀ ਪਤਾ ਲੱਗਿਆ ਵੀ ਬੱਚੇ ਠੀਕ ਨੇ, ਬਾਕੀ ਅਸੀਂ ਹੋਸਪਿਟਲ ਜਾ ਕੇ ਵੈਰੀਫਾਈ ਕਰਦੇ ਹਾਂ। ਗੱਡੀ ਇੱਥੇ ਉਹ ਮੌਕੇ 'ਤੇ ਛੱਡ ਕੇ ਭੱਜ ਗਏ ਜੀ, ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ, ਇੱਥੋਂ ਅਸੀਂ ਗੱਡੀ ਹੁਣ ਥਾਣੇ ਲੈ ਕੇ ਜਾਵਾਂਗੇ, ਇੱਥੋਂ ਨੰਬਰ ਵਗੈਰਾ ਹੈਗਾ ਗੱਡੀ 'ਤੇ, ਅਤੇ ਉੱਥੋਂ ਅਸੀਂ ਉਹਦੀ ਮਾਲਕੀ ਵੈਰੀਫਾਈ ਕਰਕੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ।